ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਨਾਨਕ ਰਾਜ ਚਲਾਇਆ ਭਾਗ 2, ਬੇਲਿਓ ਨਿਕਲਦੇ ਸ਼ੇਰ, ਲੇਖਕ ਜਗਦੀਪ ਸਿੰਘ। ਅਧਿਆਇ 24। ਕਿਆ ਜਾਨੋ ਗੁਰ ਜਗਾ ਗਿਰਾਈ, ਜਾਂ ਤੇ ਮੈਂ ਪੈ ਸਖਤੀ ਆਈ। ਕੁਝ ਚਿਰ ਲਾਹੌਰ ਟਿਕਣ ਤੋਂ ਮਗਰੋਂ ਸ਼ਾਹ ਲਈ ਗਰਮੀ ਕੱਟਣੀ ਔਖੀ ਹੋ ਗਈ। ਭਾਦੋਂ ਦੇ ਚਮਾਸਿਆਂ ਨੇ ਸ਼ਾਹ ਦੀ ਬੱਸ ਕਰਵਾ ਦਿੱਤੀ। ਭਾਦੋਂ ਦਾ ਮਹੀਨਾ ਕੱਟਣ ਲਈ ਉਹ ਲਾਮ ਲਸ਼ਕਰ ਸਮੇਤ ਕਲਾਨੌਰ ਆ ਗਿਆ। ਇੰਨੀ ਦਿਨੀ ਡਰਾਉਣੇ ਸੁਪਨਿਆਂ ਨੇ ਸ਼ਾਹ ਦੀਆਂ ਰਾਤਾਂ ਦੀ ਨੀਂਦ ਉਡਾਈ ਹੋਈ ਸੀ। ਕਿਸੇ ਆਮ ਆਦਮੀ ਨੂੰ ਭਿਆਨਕ ਜਾਪਣ ਵਾਲੇ ਸੁਪਨਿਆਂ ਨਾਲ ਵਾਹ ਤਾਂ ਸ਼ਾਹ ਦਾ ਨਾਦਰ ਸ਼ਾਹ ਦੇ ਸਮੇਂ ਤੋਂ ਹੀ ਸੀ। ਉਹ ਜਾਣਦਾ ਸੀ ਕਿ ਨਾਦਰ ਨੂੰ ਵੀ ਇਹੋ ਜਿਹੇ ਸੁਪਨੇ ਅਕਸਰ ਆਇਆ ਕਰਦੇ ਸਨ ਅਤੇ ਉਹ ਅਬਦਾਲੀ ਨੂੰ ਵੀ ਦੱਸਦਾ ਹੁੰਦਾ ਸੀ। ਪਰ ਜਿੰਨਾ ਕੁ ਅਬਦਾਲੀ ਜਾਣਦਾ ਸੀ, ਨਾਦਰ ਕਦੇ ਆਪਣੇ ਸੁਪਨਿਆਂ ਤੋਂ ਡਰਿਆ ਨਹੀਂ ਸੀ। ਸ਼ਾਹ ਵੀ ਅੱਜ ਤੱਕ ਕਿੱਥੇ ਡਰਿਆ ਸੀ, ਪਰ ਐਤਕੀ ਕੁਝ ਵੱਖਰਾ ਹੋ ਰਿਹਾ ਸੀ। ਇੱਕ ਖਾਸ ਸੁਪਨਾ ਉਸਨੂੰ ਅਕਸਰ ਆਉਣ ਲੱਗਾ ਸੀ ਅਤੇ ਉਹ ਡਰ ਕੇ ਉੱਠ ਖਲੋਂਦਾ, ਸਾਹੋ ਸਾਹ ਹੋਇਆ ਪਾਣੀ ਪੀਂਦਾ ਅਤੇ ਮੁੜ ਸਾਰੀ ਰਹਿੰਦੀ ਰਾਤ ਸੌਂ ਨਾ ਸਕਦਾ। ਉਸਦੇ ਖਾਸ ਪਹਿਰੇਦਾਰਾਂ ਨੇ ਸ਼ਾਹ ਦਾ ਫਿਕਰ ਕਰਦੇ ਹੋਏ ਇਹ ਗੱਲ ਸ਼ਾਹ ਵਲੀ ਤੱਕ ਪਹੁੰਚਾ ਦਿੱਤੀ। ਉਹਨਾਂ ਨੂੰ ਤਾਂ ਪਤਾ ਨਹੀਂ, ਇਹ ਪਤਾ ਲੱਗਦਾ ਹੈ ਕਿ ਨਹੀਂ ਹਜ਼ੂਰ, ਪਰ ਉਹ ਸੁੱਤੇ ਪਏ ਸਾਹ ਇਸ ਤਰ੍ਹਾਂ ਲੈਂਦੇ ਨੇ ਜਿਵੇਂ ਕੋਈ ਕਾਬਲੋਂ ਦੌੜ ਕੇ ਅਟਕ ਤੱਕ ਆਇਆ ਹੋਵੇ। ਕੋਈ ਡਰ ਉਹਨਾਂ ਨੂੰ ਸੁਪਨਿਆਂ ਵਿੱਚ ਇੰਨਾ ਡਰਾਉਂਦਾ ਹੈ ਕਿ ਮੁੜਕਾ ਉਹਨਾਂ ਦੇ ਚਿਹਰੇ ਤੋਂ ਚੋਰਿਆ ਹੁੰਦਾ ਹੈ। ਉੱਠਣ ਸਾਰ ਉਹ ਕੁਝ ਚਿਰ ਸਿਰ ਫੜ ਕੇ ਬੈਠੇ ਰਹਿੰਦੇ ਨੇ ਅਤੇ ਫਿਰ ਹਫਦੇ ਹੋਏ ਪਾਣੀ ਪੀਂਦੇ ਨੇ। ਸ਼ਾਹ ਵਲੀ ਅਬਦਾਲੀ ਦੇ ਬਹੁਤ ਨੇੜੇ ਸੀ। ਉਸਨੇ ਇੱਕ ਮੌਲਵੀ ਨੂੰ ਨਾਲ ਲਿਆ ਅਤੇ ਅਬਦਾਲੀ ਦੇ ਤੰਬੂ ਵਿੱਚ ਚਲਾ ਗਿਆ। ਆਖਰ ਆਪਣੀ ਪਰੇਸ਼ਾਨੀ ਦਾ ਸਬੱਬ ਹਜ਼ੂਰ ਸਾਨੂੰ ਨਾ ਦੱਸਣਗੇ ਤਾਂ ਕਿਸ ਨੂੰ ਕਹਿਣਗੇ, ਸ਼ਾਹ ਵਲੀ ਨੇ ਅਬਦਾਲੀ ਨੂੰ ਕਿਹਾ। ਐਸੀ ਕੁਝ ਖਾਸ ਗੱਲ ਤਾਂ ਨਹੀਂ ਸ਼ਾਹ ਵਲੀ, ਬਸ ਇੱਕ ਸੁਪਨੇ ਨੇ ਬਹੁਤ ਤੰਗ ਕੀਤਾ ਹੋਇਆ ਹੈ। ਜੰਗਾਂ ਕਤਲੇਆਮ ਲਾਸ਼ਾਂ ਦੇ ਢੇਰ, ਇਹ ਤਾਂ ਸਾਡੇ ਜਿਹੀ ਜ਼ਿੰਦਗੀ ਜਿਉਣ ਵਾਲੇ ਸਭ ਸਿਪਾਹੀਆਂ ਦੇ ਸੁਪਨਿਆਂ ਦਾ ਹਿੱਸਾ ਨੇ ਦੁਰੇ ਦੌਰਾਨੀ। ਕੀ ਤੁਹਾਡੇ ਨਾਲ ਇਸ ਤੋਂ ਕੁਝ ਵੱਖਰਾ ਵਾਪਰ ਰਿਹਾ ਹੈ? ਜੰਗ ਸਾਡਾ ਕਿੱਤਾ ਹੈ ਸ਼ਾਹ ਵਲੀ, ਜੰਗ ਤਾਂ ਅਸੀਂ ਨਾਲ ਲੈ ਕੇ ਪੈਦਾ ਹੋਏ ਹਾਂ। ਕਤਲੇਆਮ ਲਾਸ਼ਾਂ ਦੇ ਢੇਰ, ਤਬਾਹੀਆਂ ਤਾਂ ਸਦਾ ਸਾਡੇ ਨਾਲ ਰਹਿਣਗੇ। ਇਹ ਸੁਪਨੇ ਤਾਂ ਮੈਨੂੰ ਲਗਭਗ ਬਚਪਨ ਤੋਂ ਹੀ ਆ ਰਹੇ ਨੇ। ਜਦ ਤੋਂ ਹੋਸ਼ ਸੰਭਾਲੀ ਹੈ, ਜਾਗਦਾ ਹੋਇਆ ਵੀ ਅਤੇ ਸੁੱਤਿਆਂ ਵੀ ਇਹਨਾਂ ਦੇ ਰੂਬਰੂ ਰਿਹਾ ਹਾਂ। ਨਾਲੇ ਸਾਡੇ ਤਾਂ ਜਿਸ ਬੱਚੇ ਨੂੰ ਇਹ ਸੁਪਨੇ ਨਾ ਆਉਣ, ਉਸਦੇ ਅਫਗਾਨ ਖੂਨ 'ਤੇ ਸਗੋਂ ਸ਼ੱਕ ਕਰਨਾ ਚਾਹੀਦਾ ਹੈ। ਜੇ ਕੋਈ ਜੰਗ ਦੇ ਸੁਪਨੇ ਨਹੀਂ ਦੇਖ ਸਕਦਾ ਤਾਂ ਉਹ ਦੁਆ ਕਰੇ ਕਿ ਉਸਦਾ ਜਨਮ ਅਫਗਾਨਿਸਤਾਨ ਦੀ ਧਰਤੀ 'ਤੇ ਨਾ ਹੋਵੇ। ਫਿਰ ਹਜ਼ੂਰ ਦੀ ਨੀਂਦ ਉੱਡ ਜਾਣ ਦਾ ਕਾਰਨ ਕੀ ਹੈ? ਸ਼ਾਹ ਵਲੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਨੂੰ ਇੱਕ ਸੁਪਨਾ ਲਗਭਗ ਰੋਜ਼ ਆਉਂਦਾ ਹੈ ਸ਼ਾਹ ਵਲੀ, ਮੈਂ ਪਾਣੀਪਤ ਵਿੱਚ ਮਰਾਠਿਆਂ ਨਾਲ ਜੰਗ ਕਰ ਰਿਹਾ ਹਾਂ ਅਤੇ ਇੱਕਦਮ ਕੋਪਰਹੀੜ ਪਹੁੰਚ ਜਾਂਦਾ ਹਾਂ। ਪਾਣੀਪਤ ਅਤੇ ਕੋਪਰਹੀੜ ਮੇਰੇ ਸੁਪਨੇ ਵਿੱਚ ਇੱਕ ਹੋ ਜਾਂਦੇ ਨੇ। ਕਿਹੜਾ ਮੈਦਾਨ ਪਾਣੀਪਤ ਦਾ ਹੈ, ਕਿਹੜਾ ਕੋਪਰਹੀੜ ਦਾ, ਕੁਝ ਪਤਾ ਨਹੀਂ ਲੱਗਦਾ। ਪਛਾਣ ਸਿਰਫ ਇੱਕ ਵਰਤਾਰੇ ਤੋਂ ਹੁੰਦੀ ਹੈ। ਪਾਣੀਪਤ ਵਿੱਚ ਮੈਂ ਆਪਣਾ ਜੰਗੀ ਸਮਾਨ ਛੱਡ ਕੇ ਭੱਜੇ ਜਾਂਦੇ ਮਰਾਠਿਆਂ ਨੂੰ ਵੱਢ ਰਿਹਾ ਹੁੰਦਾ ਹਾਂ ਅਤੇ ਕੋਪਰਹੀੜ ਵਿੱਚ ਨਿਹੱਥੇ ਸਿੱਖ ਗੋਲੀਆਂ ਖਾ ਕੇ ਵੀ ਮੇਰੇ ਅੱਗੇ ਖਲੋਤੇ ਰਹਿੰਦੇ ਹਨ। ਗੋਲੀਆਂ ਵੱਜਣ 'ਤੇ ਤਾਂ ਸਗੋਂ ਉਹ ਮੇਰੇ ਵੱਲ ਦੇਖ ਦੇਖ ਕੇ ਹੱਸਦੇ ਨੇ। ਸ਼ਾਹ ਵਲੀ, ਕੁੱਪ ਦੀ ਧਰਤੀ ਅਤੇ ਪਾਣੀਪਤ ਦੀ ਧਰਤੀ, ਉੱਥੇ ਖਲੋਤੇ ਦੁਸ਼ਮਣਾਂ ਦੇ ਵਤੀਰੇ ਕਰਕੇ ਜ਼ਮੀਨ ਅਸਮਾਨ ਦਾ ਫਰਕ ਦਿਸਣ ਲੱਗ ਜਾਂਦਾ ਹੈ। ਪਾਣੀਪਤ ਵਿੱਚ ਮਰਾਠੇ ਮੇਰੀ ਮਾਰ ਤੋਂ ਡਰਦੇ ਮੇਰੇ ਅੱਗੇ ਅੱਗੇ ਭੱਜੇ ਜਾਂਦੇ ਹਨ ਅਤੇ ਸਿੱਖਾਂ ਨੂੰ ਮੈਂ ਮਾਰ ਕੇ ਵੀ ਨਹੀਂ ਮਾਰ ਪਾਉਂਦਾ। ਜੀ ਹਜ਼ੂਰ, ਕੁਝ ਹੋਰ ਵਾਪਰਦਾ ਹੈ? ਮੌਲਵੀ ਬੋਲਦਾ ਹੈ, ਵਾਪਰਦਾ ਤਾਂ ਇਹ ਸਭ ਤੋਂ ਮਗਰੋਂ ਹੀ ਹੈ। ਇੱਥੋਂ ਤੱਕ ਤਾਂ ਮੈਨੂੰ ਸਿਰਫ ਧਰਤੀਆਂ ਦੇ ਫਰਕ ਦਾ ਹੀ ਪਤਾ ਲੱਗਦਾ ਹੈ। ਮੈਂ ਅੱਜ ਤੱਕ ਇਹੋ ਹੀ ਸਮਝਦਾ ਰਿਹਾ ਹਾਂ
ਕਿ ਹਰ ਥਾਂ ਦਾ ਦੁਸ਼ਮਣ ਮੇਰੇ ਲਈ ਇੱਕੋ ਜਿਹਾ ਹੈ ਅਤੇ ਇੱਕੋ ਜਿਹੀ ਬਹਾਦਰੀ ਅਤੇ ਕਾਇਰਤਾ ਦਿਖਾਉਂਦਾ ਹੈ। ਪਰ ਸੁਪਨੇ ਵਿੱਚ ਇੱਥੋਂ ਤੱਕ ਤਾਂ ਮੈਨੂੰ ਸਿਰਫ ਇਹੋ ਯਾਦ ਕਰਵਾਇਆ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਦਾ ਵਤੀਰਾ ਕੁੱਲ ਧਰਤੀਆਂ ਨਾਲੋਂ ਵੱਖਰਾ ਹੈ। ਕੀ ਅਸੀਂ ਹੁਣ ਸੁਣ ਰਹੇ ਹਾਂ ਹਜ਼ੂਰ? ਅਬਦਾਲੀ ਨੂੰ ਚੁੱਪ ਹੋ ਗਿਆ ਦੇਖ ਕੇ ਸ਼ਾਹ ਵਲੀ ਫਿਰ ਬੋਲਿਆ। ਫਿਰ ਇੱਕਦਮ ਸਨਾਟਾ ਛਾ ਜਾਂਦਾ ਹੈ। ਸਭ ਪਾਸੇ ਲਾਸ਼ਾਂ ਹੀ ਲਾਸ਼ਾਂ ਹਨ ਅਤੇ ਮੈਂ ਇਕੱਲਾ ਸਭ ਦੇ ਵਿਚਾਲੇ ਖਲੋਤਾ ਹਾਂ। ਮੈਨੂੰ ਆਪਣੀ ਜਿੱਤ ਦਾ ਅਹਿਸਾਸ ਹੁੰਦਾ ਹੈ ਅਤੇ ਮੈਂ ਹੱਸਣ ਲੱਗਦਾ ਹਾਂ। ਥੋੜ੍ਹਾ ਚਿਰ ਤਾਂ ਮੈਂ ਇਕੱਲਾ ਹੱਸਦਾ ਰਹਿੰਦਾ ਹਾਂ ਅਤੇ ਫਿਰ ਕੁਝ ਹੋਰ ਹੱਸਣ ਦੀਆਂ ਆਵਾਜ਼ਾਂ ਆਉਣ ਲੱਗਦੀਆਂ ਹਨ। ਮੈਂ ਆਸੇ ਪਾਸੇ ਦੇਖਦਾ ਹਾਂ ਤਾਂ ਮੇਰੇ ਆਲੇ ਦੁਆਲਿਓਂ ਕੁਝ ਲਾਸ਼ਾਂ ਉੱਠਣ ਲੱਗਦੀਆਂ ਹਨ। ਉਹ ਉੱਠਦੇ ਹੋਏ ਉੱਚੀ ਉੱਚੀ ਹੱਸ ਰਹੇ ਹੁੰਦੇ ਹਨ। ਹੌਲੀ ਹੌਲੀ ਕਰਕੇ ਸੈਂਕੜੇ ਲਾਸ਼ਾਂ ਉੱਠ ਖਲੋਂਦੀਆਂ ਹਨ ਅਤੇ ਉਹ ਮਰਾਠਿਆਂ ਦੀਆਂ ਨਹੀਂ ਹੁੰਦੀਆਂ ਸ਼ਾਹ ਵਲੀ, ਇੱਕ ਵੀ ਮਰਾਠੇ ਦੀ ਨਹੀਂ ਹੁੰਦੀ, ਉਹ ਸਾਰੀਆਂ ਤਾਂ ਸਿੱਖਾਂ ਦੀਆਂ ਹੁੰਦੀਆਂ ਹਨ। ਉਹ ਉੱਠਦੇ ਨੇ ਅਤੇ ਮੇਰੇ ਵੱਲ ਦੇਖ ਦੇਖ ਕੇ ਹੱਸਦੇ ਨੇ, ਜਿਵੇਂ ਮੇਰਾ ਮਖੌਲ ਉਡਾ ਰਹੇ ਹੋਣ ਕਿ ਮੈਂ ਮਾਰ ਕੇ ਵੀ ਇਹਨਾਂ ਨੂੰ ਮਾਰ ਨਹੀਂ ਸਕਿਆ। ਮੈਂ ਡਰ ਜਾਂਦਾ ਹਾਂ ਅਤੇ ਉਹ ਹੱਸਦੇ ਰਹਿੰਦੇ ਨੇ। ਕੁਝ ਸਮੇਂ ਮਗਰੋਂ ਇੱਕ ਧਮਾਕਾ ਹੁੰਦਾ ਹੈ। ਜੀ ਹਜ਼ੂਰ, ਕੈਸਾ ਧਮਾਕਾ? ਇਹ ਧਮਾਕਾ ਹੁੰਦਾ ਹੈ, ਉਹ ਸਾਰੇ ਸੋਗ ਵਿੱਚ ਬੈਠ ਜਾਂਦੇ ਹਨ। ਮੈਂ ਉਹਨਾਂ ਦਾ ਹਰਿਮੰਦਰ ਢਾਹ ਦਿੱਤਾ ਹੈ ਅਤੇ ਉਹ ਸਭ ਉਦਾਸ ਹੋ ਕੇ ਹਰਿਮੰਦਰ ਦੇ ਢੇਰ ਕੋਲ ਬੈਠ ਜਾਂਦੇ ਹਨ, ਪਰ ਮੈਂ ਹੁਣ ਹੱਸਦਾ ਨਹੀਂ। ਅਤੇ ਫਿਰ ਕਹਿੰਦਾ ਹੋਇਆ ਅਬਦਾਲੀ ਚੁੱਪ ਹੋ ਜਾਂਦਾ ਹੈ। ਫਿਰ ਕੀ ਹਜ਼ੂਰ, ਫਿਰ ਕੀ ਹੁੰਦਾ ਹੈ? ਅਤੇ ਫਿਰ ਕੁਝ ਦੇਰ ਮਗਰੋਂ ਢੇਰ ਹੋ ਚੁੱਕੇ ਹਰਿਮੰਦਰ ਦੇ ਮਲਬੇ ਵਿੱਚੋਂ ਦੀਵਿਆਂ ਦੀਆਂ ਲਾਟਾਂ ਨਿਕਲਣ ਲੱਗਦੀਆਂ ਹਨ। ਉਹ ਲਾਟਾਂ ਹੌਲੀ ਹੌਲੀ ਮੇਰੇ ਵੱਲ ਆਉਂਦੀਆਂ ਹਨ। ਮੇਰੇ ਕੋਲ ਆਉਂਦਿਆਂ ਉਹ ਸਿੰਘਾਂ ਦਾ ਰੂਪ ਲੈ ਲੈਂਦੀਆਂ ਹਨ। ਲਾਟਾਂ ਸਿੰਘ ਬਣ ਜਾਂਦੀਆਂ ਨੇ ਸ਼ਾਹ ਵਲੀ, ਰੌਸ਼ਨੀਆਂ ਛੱਡ ਰਹੇ ਸਿੰਘ। ਸੋਗ ਵਿੱਚ ਬੈਠੇ ਸਿੰਘ ਵੀ ਉੱਠ ਖਲੋਂਦੇ ਨੇ ਅਤੇ ਜੋ ਪਹਿਲਾਂ ਨਹੀਂ ਉੱਠੇ ਸਨ ਉਹਨਾਂ ਵਿੱਚ ਵੀ ਜਾਨ ਆ ਜਾਂਦੀ ਹੈ। ਸਭ ਮੇਰੇ ਕਰੀਬ ਆਉਣ ਲੱਗਦੇ ਨੇ ਅਤੇ ਮੈਂ ਪੂਰਾ ਜ਼ੋਰ ਲਾ ਕੇ ਭੱਜਦਾ ਹਾਂ। ਬਹੁਤ ਤੇਜ਼ੀ ਨਾਲ ਭੱਜਣ ਮਗਰੋਂ ਵੀ ਮੈਂ ਉਹਨਾਂ ਤੋਂ ਜ਼ਿਆਦਾ ਦੂਰ ਨਹੀਂ ਜਾ ਸਕਦਾ। ਦੀਵਿਆਂ ਦੀਆਂ ਲਾਟਾਂ ਹਵਾ ਵਿੱਚ ਹੀ ਮੇਰਾ ਪਿੱਛਾ ਕਰ ਰਹੀਆਂ ਹਨ। ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਕੁਝ ਲਾਸ਼ਾਂ ਕੱਟੇ ਹੋਏ ਸਿਰਾਂ ਨੂੰ ਤਲੀਆਂ 'ਤੇ ਟਿਕਾਈ ਮੇਰੇ ਮਗਰ ਆ ਰਹੀਆਂ ਹਨ। ਜਹਾਨ ਖਾਂ ਠੀਕ ਕਹਿੰਦਾ ਸੀ ਸ਼ਾਹ ਵਲੀ, ਠੀਕ ਕਹਿੰਦਾ ਸੀ ਉਹ ਕਿ ਇਹ ਬਿਨਾਂ ਸਿਰ ਤੋਂ ਵੀ ਲੜ ਲੈਂਦੇ ਨੇ। ਦੂਰੋਂ ਉੱਡਦੀਆਂ ਹੋਈਆਂ ਇੱਟਾਂ ਮੇਰੇ ਨੱਕ ਦੀ ਸੱਟ ਵਾਲੀ ਥਾਂ ਵੱਜਦੀਆਂ ਹਨ। ਸਿੰਘ ਕਦੇ ਸਰੀਰਾਂ ਵਿੱਚ ਆ ਜਾਂਦੇ ਹਨ ਅਤੇ ਕਦੇ ਦੀਵਿਆਂ ਦੀਆਂ ਲਾਟਾਂ ਬਣ ਜਾਂਦੇ ਹਨ। ਅਸਮਾਨ ਦੇ ਤਾਰੇ ਵੀ ਉਹਨਾਂ ਨਾਲ ਮਿਲ ਜਾਂਦੇ ਹਨ। ਜਾਪਦਾ ਹੈ ਜਿਵੇਂ ਸਾਰੀ ਕਾਇਨਾਤ ਮੇਰੀ ਦੁਸ਼ਮਣ ਹੋ ਗਈ ਹੋਵੇ। ਅਤੇ ਫਿਰ ਤੀਰਾਂ ਬਰਛਿਆਂ ਨੇਜ਼ਿਆਂ ਦੀ ਇੱਕ ਬੁਛਾਰ ਮੇਰੇ ਵੱਲ ਆਉਂਦੀ ਹੈ ਅਤੇ ਮੇਰੀ ਅੱਖ ਖੁੱਲ੍ਹ ਜਾਂਦੀ ਹੈ। ਹਫਦਾ ਹੋਇਆ ਅਬਦਾਲੀ ਗੱਲ ਪੂਰੀ ਕਰਦਾ ਹੈ। ਮੁੜਕਾ ਉਸਦੇ ਸਾਰੇ ਸਰੀਰ ਵਿੱਚੋਂ ਚੋਰਿਆ ਹੈ। ਸਾਓ ਸਾਹ ਹੋਏ ਅਬਦਾਲੀ ਨੂੰ ਸ਼ਾਹ ਵਲੀ ਪਾਣੀ ਫੜਾਉਂਦਾ ਹੈ। ਚਿਹਰਿਆਂ ਤੋਂ ਮੌਲਵੀ ਅਤੇ ਸ਼ਾਹ ਵਲੀ ਵੀ ਡਰੇ ਪਏ ਜਾਪ ਰਹੇ ਹਨ, ਪਰ ਉਹਨਾਂ ਕੋਲ ਵੀ ਸ਼ਾਹ ਦੀ ਇਸ ਮਰਜ਼ ਦਾ ਕੋਈ ਇਲਾਜ ਨਹੀਂ। ਕੁਝ ਚਿਰ ਬੈਠੇ ਰਹਿਣ ਮਗਰੋਂ ਉਹ ਦੋਵੇਂ ਸ਼ਾਹ ਤੋਂ ਆਗਿਆ ਲੈ ਕੇ ਤੰਬੂ ਤੋਂ ਬਾਹਰ ਆ ਜਾਂਦੇ ਹਨ। ਮੈਂ ਕਿਹਾ ਸੀ ਸ਼ਾਹ ਨੂੰ ਕਿ ਹਰਿਮੰਦਰ ਨਾ ਢਾਵੇ। ਇੱਕ ਸੂਫੀ ਨੇ ਵੀ ਸ਼ਾਹ ਨੂੰ ਬਹੁਤ ਪਹਿਲਾਂ ਵਰਜਿਆ ਸੀ ਕਿ ਕਿਸੇ ਦੇ ਵੀ ਮੁਕੱਦਸ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਾਈਦਾ। ਬਹੁਤ ਰੋਕਿਆ ਸੀ ਮੈਂ, ਪਰ ਨਜ਼ੀਬ ਖਾਂ ਵਰਗਿਆਂ ਨੇ ਸ਼ਾਹ ਨੂੰ ਉਕਸਾਇਆ ਅਤੇ ਲਾਹੌਰ ਦੇ ਕਾਜ਼ੀਆਂ ਨੇ ਸ਼ਹਿ ਦਿੱਤੀ। ਸ਼ਾਹ ਵਲੀ ਬਾਹਰ ਆ ਕੇ ਮੌਲਵੀ ਨੂੰ ਦੱਸਣ ਲੱਗਾ, ਪਰ ਹੁਣ ਤਾਂ ਉਹ ਪਾਪ ਹੋ ਗਿਆ ਹੈ, ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਅਤੇ ਅਸੀਂ ਇੰਨੀ ਜ਼ਰੂਰਤ ਨਹੀਂ ਰੱਖਦੇ ਕਿ ਸ਼ਾਹ ਨੂੰ ਕਹੀਏ ਕਿ ਸਿੱਖਾਂ ਤੋਂ ਮਾਫ਼ੀ ਮੰਗੇ ਅਤੇ ਉਹਨਾਂ ਦਾ ਮੰਦਰ ਉਹਨਾਂ ਨੂੰ ਮੁੜ ਕੇ ਉਸਾਰ ਕੇ ਦੇਵੇ। ਮੌਲਵੀ ਨੇ ਆਪਣੀ ਬੇਬਸੀ ਜ਼ਾਹਰ ਕੀਤੀ। ਤੁਸੀਂ ਮੇਰੀ ਗੱਲ ਯਾਦ ਰੱਖਿਓ ਮੌਲਵੀ ਸਾਹਿਬ, ਸ਼ਾਹ ਦੇ ਨੱਕ ਦਾ ਨਸੂਰ ਕਦੇ ਠੀਕ ਨਹੀਂ ਹੋਵੇਗਾ। ਅਤੇ ਚੇਤੇ ਰੱਖਿਓ, ਸ਼ਾਹ ਇਸੇ ਜ਼ਖਮ ਦੀ ਤਾਬ ਨਾ ਸਹਾਰਦਾ ਹੋਇਆ ਦੁਨੀਆਂ ਤੋਂ ਰੁਖਸਤ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ।